ਜੋ ਜਥੇਬੰਦੀਆਂ ਆ ਉਹਨਾਂ ਨੂੰ ਉਹਨਾਂ ਨੇ ਕਾਨੂੰਨ ਬਾਰੇ ਵੀ ਸੋਚਿਆ ਕਿ ਸਾਨੂੰ ਕਾਨੂੰਨੀ ਤੌਰ 'ਤੇ ਵੀ ਕੋਈ ਪ੍ਰਕਿਰਿਆ ਕਰਨੀ ਚਾਹੀਦੀ ਆ? ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ, ਕਾਨੂੰਨ ਹੁੰਦਾ ਆ, ਮਤਲਬ ਆਮ ਲੋਕਾਂ ਵਾਸਤੇ ਕਾਨੂੰਨ ਹੋਏਗਾ, ਸਿੱਖਾਂ ਵਾਸਤੇ ਨਹੀਂ ਹੈਗਾ। ਸਿੱਖ ਵਾਸਤੇ ਤੁਸੀਂ ਕਿਹੜੇ ਕਾਨੂੰਨ ਦੀ ਗੱਲ ਕਰਦੇ ਹੋ? ਜਿਹੜਾ ਸੰਵਿਧਾਨ ਵੇਖੋ ਖਾਲਸਾ ਹੀ ਬਣਿਆ, ਸੰਵਿਧਾਨ ਬਾਬਾ ਅੰਬੇਦਕਰ ਨੇ ਬਣਾਇਆ ਵਾ, ਤਾਂ ਤੁਸੀਂ ਵੇਖ ਰਹੇ ਦੇਸ਼ ਦੇ ਵਿੱਚ ਮੁਜ਼ਾਹਰੇ ਹੋ ਰਹੇ ਆ, ਫਿਰ ਵੀ ਲੋਕ ਹਾਲੇ ਸੰਵਿਧਾਨ 'ਤੇ ਵਿਸ਼ਵਾਸ ਕਰਦੇ ਆ। ਜੇ ਤੁਸੀਂ ਬਾਬੇ ਚਰਨ ਸਿੰਘ ਵਾਲਾ ਕੇਸ ਵੇਖੋ ਤਰਨ ਤਾਰਨ ਵਾਲਾ, ਤਾਂ ਉਹਦੇ ਵਿੱਚ ਵੇਖੋ ਬਾਬਾ ਜੀ ਨੂੰ, ਇਹ ਬਾਬਾ ਜੀ ਦਾ ਕੇਸ ਚੱਲਿਆ, ਅੱਜ ਤੱਕ ਉਹ ਡਟੇ ਰਹੇ ਆ ਗਵਾਹ, ਅਤੇ ਅੱਜ ਤੱਕ ਜਿੰਨੇ ਵੀ ਉਹ ਪ੍ਰਸ਼ਾਸਨ ਦੇ ਪੁਲਿਸ ਮੁਲਾਜ਼ਮਾਂ ਨੂੰ ਸਾਰੀਆਂ ਸਜ਼ਾਵਾਂ ਲੱਗੀਆਂ ਆ। ਅਗਰ ਇਹਦੇ ਵਿੱਚ ਤੁਸੀਂ ਸਮਝਦੇ ਕਿ 307 ਗਲਤ ਲੱਗੀ ਆ, ਗਲਤ ਹੋਈ ਤਾਂ ਆਪਾਂ ਕਾਨੂੰਨੀ ਪ੍ਰਕਿਰਿਆ ਕਰਦੇ ਤਾਂ ਬਹੁਤ ਵਧੀਆ ਹੁੰਦਾ। ਕੀ ਸਾਨੂੰ ਇਹਦੇ ਬਾਰੇ ਕੁਝ ਸੋਚਣਾ ਪਊ? ਦੇਖੋ ਭਾਈ ਸਾਹਿਬ, ਮੈਂ ਅੱਗੇ ਵੀ ਇੱਕ ਦੋ ਚੈਨਲਾਂ ਨਾਲ ਗੱਲ ਕਰਕੇ ਹਟਿਆ ਵਾਂ ਕਿ ਵੇਖੋ ਤੁਸੀਂ ਸਾਨੂੰ ਕਹਿ ਦਿੰਦੇ ਹੋ ਵੀ ਕਾਨੂੰਨ ਦੇ ਹਿਸਾਬ ਨਾਲ, ਫਿਰ ਸਾਧਵੀ ਪ੍ਰਗਿਆ ਜਿਹੜੀ ਅੰਦਰ ਹੋਣੀ ਚਾਹੀਦੀ ਸੀਗੀ, ਸਾਧਵੀ ਪ੍ਰਗਿਆ ਜਿਹੜੀ ਆ ਉਹਨੇ ਮਾਲੇਗਾਓਂ ਬੰਬ ਬਲਾਸਟ ਕੀਤੀ ਆ, ਕਿੰਨਾ ਕੁਝ ਕੀਤਾ, ਉਹ ਦੇਸ਼ ਦੀ MP ਬਣ ਗਈ ਜੀ। ਦੋ ਬੰਦਿਆਂ ਨੇ ਜਹਾਜ਼ ਅਗਵਾ ਕੀਤਾ ਇੰਦਰਾ ਗਾਂਧੀ ਦੇ ਸਮੇਂ ਦੇ ਉੱਤੇ, ਉਹਨਾਂ ਬੰਦਿਆਂ ਨੂੰ MP ਦੀਆਂ ਟਿਕਟਾਂ ਮਿਲ ਗਈਆਂ, ਠੀਕ ਹੈ ਜੀ। ਜੇ ਸੰਤਾਂ ਦੇ ਰੋਸ ਵਜੋਂ ਕਿਸੇ ਨੇ ਜਹਾਜ਼ ਅਗਵਾ ਕੀਤਾ ਤੇ ਉਹਨਾਂ ਨੂੰ ਗੋਲੀਆਂ ਮਾਰੀਆਂ ਗਈਆਂ ਤੇ ਜੇਲ੍ਹਾਂ 'ਚ ਡੱਕ ਦਿੱਤਾ ਗਿਆ ਜੀ। ਉਸ ਤੋਂ ਬਾਅਦਾਂ ਦੀ ਤੁਸੀਂ ਗੱਲ ਲੈਂਦੇ ਹੋ, ਤੁਸੀਂ ਸੰਵਿਧਾਨ ਦੀ ਗੱਲ ਕਰਦੇ ਹੋ, ਸਾਡੇ ਜਿਹੜੇ ਸਿੱਖ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰਨ ਦੇ ਬਾਅਦ ਵੀ ਜੇਲ੍ਹਾਂ ਦੇ ਵਿੱਚ ਬੰਦ ਨੇ ਜੀ, ਕਿਹੜੇ ਸੰਵਿਧਾਨ ਦੀ ਤੁਸੀਂ ਗੱਲ ਕਰਦੇ ਹੋ? ਸਾਧਵੀ ਪ੍ਰਗਿਆ ਵਰਗੀਆਂ ਜਿਹੜੀਆਂ ਅੱਤਵਾਦੀ ਲੇਡੀ ਨੇ, ਉਹ ਜੇਲ੍ਹ ਤੋਂ ਬਾਹਰ ਆਉਂਦੀਆਂ ਨੇ, ਆ ਕੇ ਉਹਨਾਂ ਨੂੰ ਟਿਕਟ ਮਿਲਦੀ ਆ, ਉਹ MP ਬਣ ਜਾਂਦੀਆਂ ਤੇ ਸਾਡੇ ਸਿਰ ਤੇ ਖਲੋ ਜਾਂਦੀਆਂ ਨੇ। ਨੱਥੂ ਰਾਮ ਗੌਡਸੇ ਵਰਗੇ ਨੂੰ ਉਹ ਮਤਲਬ ਚੰਗਾ ਬੰਦਾ ਦੱਸਦੀਆਂ ਨੇ ਜੀ। ਤੁਸੀਂ ਸਾਨੂੰ ਕਹਿੰਦੇ ਤੁਸੀਂ ਕਾਨੂੰਨੀ ਪ੍ਰਕਿਰਿਆ ਕਰੋ, ਬੱਚਿਆਂ ਦੇ ਉੱਤੇ ਬੁੱਤ ਤੋੜਨ ਤੇ 307 ਲੱਗ ਜਾਂਦੀ ਆ ਜੀ, ਕਿਹੜੇ ਕਾਨੂੰਨ ਨੂੰ ਆਪਾਂ ਜਾ ਕੇ ਰੋਈਏ, ਦੱਸੋ। ਅੱਛਾ, ਪਰ ਜੇ ਵੇਖੀ ਤੁਸੀਂ ਫੂਲਾਂ ਦੇਵੀ ਵੇਖੀ ਹੋਊਗੀ, ਫੂਲਾਂ ਦੇਵੀ ਜਿਹੜੀ ਡਾਕੂ ਸੀ ਪਹਿਲਾਂ ਹੁੰਦੀ ਆ, ਉਹ ਕੋਈ ਨੇਕਾਂ ਨੇ ਕਤਲ ਵੀ ਕੀਤੇ ਸੀ, ਪਰ ਇਸੇ ਸੰਵਿਧਾਨ ਅੰਦਰ ਉਹਨੇ ਵੀ ਇਲੈਕਸ਼ਨ ਲੜੀ ਆ, ਉਹ ਵੀ MP ਬਣੀ ਆ। ਕੀ ਇਹ ਸਾਰੀਆਂ ਜਥੇਬੰਦੀਆਂ ਕੁਛ ਆਪਣਾ ਇਹ ਸਿਆਸੀ ਇੱਧਰ ਚੱਲਣ ਬਾਰੇ ਵੀ ਕਦੀ ਸੋਚਦੀਆਂ ਕਿ ਨਹੀਂ? ਭਾਈ ਸਾਹਿਬ, ਫੂਲਾਂ ਦੇਵੀ ਨੇ ਆਪਣੇ ਤੇ ਹੋਏ ਅੱਤਿਆਚਾਰ ਦਾ ਬਦਲਾ ਲਿਆ ਸੀਗਾ ਜੀ, ਨਾ ਕਿ ਕਿਸੇ ਨੂੰ ਟੋਰਚਰ ਕੀਤਾ ਸੀਗਾ ਜੀ। ਇਹਨੇ ਸਾਧਵੀ ਪ੍ਰਗਿਆ ਨੇ ਕਿਹੜਾ ਆਪਣਾ ਬਦਲਾ ਲਿਆ ਜੀ? ਇਹ ਜਿਹੜੇ RSS ਵਾਲੇ ਕਿਹੜਾ ਬਦਲਾ ਲੈਣ ਦੇ ਨੇ? ਭਾਰਤ ਦੀਆਂ ਜਿਹੜੀਆਂ ਨੀਹਾਂ ਨੇ ਨਾ, ਸਿੱਖ ਕੌਮ ਦੇ ਉੱਤੇ ਖਲੋਤੀਆਂ ਨੇ, ਔਰ ਇਹ ਆਪਣੀਆਂ ਨੀਹਾਂ ਖਰੋਦਣ ਦੇ ਨੇ, ਤੇ ਜੇ ਨੀਹਾਂ ਖਰੋਦਣਗੇ ਤੇ ਇਹਨਾਂ ਦੇ ਜਿਹੜੇ ਭਾਰਤ ਨਾਂ ਦੀ ਬਿਲਡਿੰਗ ਉਹ ਡਿੱਗ ਜੂਗੀ ਫਿਰ। ਬਿਨਾਂ ਸਿੱਖਾਂ ਤੋਂ ਭਾਰਤ ਨਹੀਂ ਸੋਚਿਆ ਜਾ ਸਕਦਾ। ਮਾਸਟਰ ਤਾਰਾ ਸਿੰਘ ਨੂੰ ਕਦੀ ਇੱਕ ਨੇ ਸਵਾਲ ਕਿਸੇ ਨੇ ਕੀਤਾ ਸੀ, ਉਹ ਕਹਿੰਦੇ ਆ ਕਿ ਜੇ ਤੁਹਾਡੀ ਕੱਲ੍ਹ ਨੂੰ ਸਰਕਾਰ ਬਣਦੀ ਆ ਤਾਂ ਉਹ ਕੀ ਤੁਹਾਡੀ ਸਰਕਾਰ ਵੀ ਜ਼ੁਲਮ ਕਰੂਗੀ? ਮਾਸਟਰ ਤਾਰਾ ਸਿੰਘ ਦਾ ਇਹ ਜਵਾਬ ਸੀ ਉਦੋਂ, ਉਹਦਾ ਇਹ ਤੁਸੀਂ ਉਹਨਾਂ ਸਟੋਰੀ ਪੜ੍ਹੀ ਜਾਂਦੀ, ਉਹ ਕਹਿੰਦਾ ਸੀ ਵੀ ਸਰਕਾਰਾਂ ਜ਼ੁਲਮ ਕਰਦੀਆਂ ਹੁੰਦੀਆਂ ਆ। ਅੱਜ ਉਹਨਾਂ ਦੀ ਹਕੂਮਤ ਆ, ਉਹਨਾਂ ਨੇ ਇਸ ਨੂੰ MP ਬਣਾਇਆ, ਕੱਲ੍ਹ ਨੂੰ ਕੋਈ ਹੋਰ ਹਕੂਮਤ ਬਣੂਗੀ, ਉਹ ਵੀ ਉਹਦਾ ਜ਼ਰੂਰ ਪਰਚਾ, ਉਹਦਾ ਕਾਗਜ਼ ਖੁੱਲਣਗੇ। ਮੈਂ ਇਹ ਸੋਚਦਾ ਹਾਂ ਕਿ ਇਸ ਤਰ੍ਹਾਂ ਮੈਨੂੰ ਇਹ ਜਥੇਬੰਦੀਆਂ ਇਸ ਚੀਜ਼ ਦੇ ਵਿੱਚ ਪ੍ਰਕਿਰਿਆ 'ਚ ਆਉਣ ਕਦੀ ਉਹ ਸੋਚਣਗੀਆਂ ਕਿ ਨਹੀਂ, ਆਪਣਾ ਸਿਆਸੀ ਵਿੰਗ ਵੀ ਇਹ ਤਿਆਰ ਕਰਨਗੀਆਂ ਕਿ ਨਹੀਂ? ਭਾਈ ਸਾਹਿਬ, ਸਿਆਸੀ ਵਿੰਗ ਦੀ ਤੁਸੀਂ ਗੱਲ ਕਰਦੇ, ਕੀ ਭਾਈ ਜਗਤਾਰ ਸਿੰਘ ਹਵਾਰਾ ਦੇ ਕੋਲ ਵਕੀਲਾਂ ਦੀ ਕਮੀ ਹੈ? ਉਹਨਾਂ ਦੇ ਵਕੀਲਾਂ ਦੀ ਪੇਸ਼ ਹੀ ਨਹੀਂ ਜਾਣ ਦਿੱਤੀ ਜਾ ਰਹੀ? ਕੀ ਭਾਈ ਤਾਰੇ ਹੋਣਾ ਦੇ, ਭਾਈ ਭਿਓਰੇ ਹੋਣਾ ਦੇ, ਕੀ ਇਹਨਾਂ ਦੇ, ਭਾਈ ਬਲਵੰਤ ਸਿੰਘ ਰਾਜੋਆਣਾ ਹੋਣਾ ਦੇ ਇਹਨਾਂ ਦੇ ਵਕੀਲ ਨਹੀਂ ਹੈਗੇ? ਸਿਆਸੀ ਵਿੰਗ ਬਹੁਤ ਆ ਸਾਡੇ ਕੋਲ, ਪਰ ਸਿਆਸੀ ਵਿੰਗ ਕੀ ਆ, ਉਹਨਾਂ ਦੀ ਚੱਲਣ ਨਹੀਂ ਦਿੱਤੀ ਜਾਂਦੀ। ਸਿੱਖਾਂ ਵਾਸਤੇ ਦੋਹਰਾ ਕਾਨੂੰਨ ਆ, ਇਸ ਗੱਲ ਤੁਹਾਨੂੰ ਮੰਨਣੀ ਪੈਣੀ ਹੈ। ਅੱਜ ਸੋਸ਼ਲ ਮੀਡੀਆ 'ਤੇ ਚੱਲ ਰਿਹਾ ਵਾ, ਅਖਬਾਰਾਂ 'ਚ ਵੀ ਚੱਲਿਆ ਆ ਕਿ ਭਾਰਤੀ ਸੰਵਿਧਾਨ ਜਦੋਂ ਬਣਿਆ ਵਾ ਉਹ ਸਿੱਖਾਂ ਨੂੰ ਉਹਦੇ ਵਿੱਚੋਂ ਬਿਲਕੁਲ ਬਾਹਰ ਕੱਢ ਦਿੱਤਾ ਗਿਆ, ਉਹਨਾਂ ਦੇ ਵਿੱਚ ਸਹਿਮਤੀ ਨਹੀਂ ਲਈ ਗਈ। ਤੁਹਾਡਾ ਕੀ ਕਹਿਣਾ ਇਹਦੇ ਬਾਰੇ? ਉਸ ਟਾਈਮ ਦੇ ਜਿਹੜੇ ਆਗੂ ਸੀ ਉਹਨਾਂ ਨੇ ਸੰਵਿਧਾਨ ਦੇ ਉੱਤੇ ਸਾਈਨ ਹੀ ਨਹੀਂ ਕੀਤੇ, ਜੇ ਤੁਸੀਂ ਜੋ ਮੇਰੇ ਹਿਸਾਬ ਨਾਲ ਨੌਲੇਜ ਆ, ਉਹਨਾਂ ਨੇ ਸੰਵਿਧਾਨ ਨੂੰ ਮੰਨਿਆ ਨਹੀਂ, ਸੰਵਿਧਾਨ ਦੇ ਵਿੱਚ ਸਿੱਖ ਨਾਂ ਦਾ ਕੋਈ ਜ਼ਿਕਰ ਹੀ ਨਹੀਂ ਹੈਗਾ, ਕੇਸਾਧਾਰੀ ਹਿੰਦੂ ਦੱਸਿਆ ਗਿਆ 25B ਦੇ ਹਿਸਾਬ ਦੇ ਨਾਲ। ਕੀ ਇਹਦੀ ਆਪਾਂ ਆਉਣ ਵਾਲੇ ਸਮੇਂ 'ਚ ਕੋਈ ਸੋਚਾਂਗੇ ਕਿ ਇਸ ਪ੍ਰਕਿਰਿਆ ਤੇ ਸਾਨੂੰ ਕੋਈ ਲੜਾਈ ਲੜਨੀ ਪਊ? ਅਸੀਂ ਤਾਂ ਇਹਨਾਂ ਦੇ ਨਾਲ ਰਹਿਣਾ ਨਹੀਂ ਚਾਹੁੰਦੇ, ਸਾਨੂੰ ਸਾਡਾ ਖਾਲਸਾ ਦੋ ਤੇ ਅਸੀਂ ਅਲੱਗ ਹੋ ਜੀ। ਇਹਨਾਂ ਨੇ ਕਬਜ਼ਾ ਕੀਤਾ ਜਿਹੜਾ,
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਉੱਤੇ ਕਦੀ ਵੀ ਪੰਜਾਬ ਭਾਰਤ ਦਾ ਹਿੱਸਾ ਨਹੀਂ ਸੀਗਾ। ਪੰਜਾਬ ਇੱਕ ਅਲੱਗ ਸਟੇਟ ਸੀਗੀ ਜੀ। ਜਦੋਂ ਅਟਲ ਬਿਹਾਰੀ ਵਾਜਪਾਈ ਚਾਈਨਾ ਦੇ ਵਿੱਚ ਗਿਆ ਤੇ ਉਹਨੇ ਕਿਹਾ ਵੀ ਤੁਸੀਂ ਸਾਡੀ ਜ਼ਮੀਨ ਦੱਬੀ ਆ। ਚਾਈਨਾ ਨੇ ਕਿਹਾ ਵੀ ਅਸੀਂ ਸਿੱਖ ਰਾਜ ਦੀ ਜ਼ਮੀਨ ਹੈ ਸਾਡੇ ਕੋਲ, ਜਦੋਂ ਸਿੱਖ ਹੋਣ ਦੇ ਵਿੱਚ ਆਉਣਗੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ, ਅਸੀਂ ਤੁਹਾਡੇ ਨਾਲ ਗੱਲ ਨਹੀਂ ਕਰਨੀ। ਇਹ ਔਨ ਰਿਕਾਰਡ ਆ ਜੀ ਕਾਗਜ਼ਾਂ ਦੇ ਉੱਤੇ। ਇਹ ਗੱਲ ਤਾਂ ਕੱਲ ਟਰੰਪ ਨੇ ਵੀ ਕਹਿ ਦਿੱਤੀ, ਟਰੰਪ ਨੇ ਵੀ ਮੋਦੀ ਸਾਹਿਬ ਨੂੰ ਕਿਹਾ ਸੀ ਵੀ ਤੁਹਾਡਾ ਚੀਨ ਦੇ ਨਾਲ ਹੱਦ ਨਹੀਂ ਲੱਗਦੀ। ਚਲੋ ਇਹ ਗੱਲ ਤਾਂ ਕਲੀਅਰ ਹੁੰਦੀ ਆ, ਪਰ ਕੀ ਖਾਲਸਾ ਕਦੀ ਆਪ ਵੀ ਸੋਚੂਗਾ ਇਹ ਗੱਲ ਕਰਨ ਬਾਰੇ ਕਿ ਨਹੀਂ? ਖਾਲਸਾ ਤਾਂ ਸੋਚ ਰਿਹਾ ਜੀ, ਸਾਡੇ ਜਿਹੜੇ ਮੇਨ ਆਗੂ ਆ, ਜਦੋਂ ਆਪਾਂ ਕਿਸੇ ਵੀ ਮੋਰਚੇ ਦੀ ਅਗਵਾਈ ਇੱਕ ਬੰਦੇ ਦੇ ਹੱਥ ਵੇਖ ਦਿੰਦੇ ਹਾਂ ਜੀ, ਦੇ ਦਿੰਦੇ ਹਾਂ ਇੱਕ ਬੰਦੇ ਦੇ ਹੱਥ, ਉਹ ਤੁਸੀਂ ਪਿਛਲੇ ਸਮੇਂ ਦੇ ਵਿੱਚ ਵੇਖਿਆ ਕਿ ਇੱਕ ਬੜਾ ਵੱਡਾ ਮੋਰਚਾ ਜਿਹੜਾ ਇੱਕ ਬੰਦੇ ਦੇ ਹੱਥ ਅਗਵਾਈ ਦੇਣ ਕਰਕੇ ਮੋਰਚਾ ਸਾਰਾ ਹੀ ਫੇਲ ਹੋ ਗਿਆ ਜੀ। ਤੁਸੀਂ ਸੋਚਦੇ ਜੇ ਕਿ ਆਹ ਮੋਰਚਾ ਆ ਗਿਆ, ਤੁਹਾਡੀ ਮੰਗਾਂ ਨਹੀਂ ਤੇ ਇਸ ਤਰ੍ਹਾਂ ਚੱਲਦਾ ਰਹੂਗਾ? ਦੇਖੋ ਅਸੀਂ ਤੇ ਆਗੂ ਨਹੀਂ ਗਏ, ਅਸੀਂ ਤੇ ਸਿਪਾਹੀ ਆ, ਕੌਮ ਦੇ ਇੱਕ ਸੇਵਾਦਾਰ ਆ ਜੀ। ਇਹ ਜਿਹੜੇ ਮੇਨ ਆਗੂ ਨੇ ਇੱਕ ਆਗੂ ਦੇ ਹੱਥ 'ਚ ਨਹੀਂ ਗਾ, ਇਹ ਮਤਲਬ ਵੱਖਰੇ ਵੱਖਰੇ ਆਗੂ ਆ ਤੇ ਉਹ ਆਪਣੀਆਂ ਡਿਊਟੀਆਂ ਨਿਭਾ ਰਹੇ ਨੇ। ਇਹ ਤੇ ਉਹਨਾਂ ਨੇ ਫੈਸਲਾ ਕਰਨਾ ਵੀ ਮੋਰਚਾ ਕਿਹੜਾ ਰੂਪ ਲਏਗਾ। ਜਿਸ ਦਿਨ ਪਹਿਲੇ ਦਿਨ ਮੀਟਿੰਗ ਹੋਈ ਆ ਸੰਤੋਖ ਸਰ ਗੁਰਦੁਆਰੇ ਵਿੱਚ, ਉਸ ਤੋਂ ਬਾਅਦ ਹੋਈ ਆ ਬਾਬਾ ਦਰਸ਼ਨ ਸਿੰਘ ਕੁੱਲੀ ਵਾਲੀ ਮੀਟਿੰਗ ਹੋਈ ਆ, ਕਾਫੀ ਜਥੇਬੰਦੀਆਂ ਆਈਆਂ ਆ, ਕੀ ਤੁਹਾਨੂੰ ਲੱਗਦਾ ਨਹੀਂ ਕਿ ਇਹਦੇ ਵਿੱਚ ਕੁਝ ਜਥੇਬੰਦੀਆਂ ਲੱਤਾਂ ਖਿੱਚਣ ਵਾਲੀਆਂ ਵੀ ਹੈਗੀਆਂ? ਇਹ ਵੇਖੋ ਜਿਹੜੇ ਗੁਰੂ ਦਾ ਦਰਦ ਰੱਖਦੇ ਨੇ ਨਾ, ਜਿਹੜੇ ਗੁਰੂ ਪ੍ਰਤੀ ਦਰਦ ਰੱਖਦੇ, ਗੁਰੂ ਘਰ ਪ੍ਰਤੀ ਦਰਦ ਰੱਖਦੇ, ਉਹ ਸਾਰੇ ਇੱਥੇ ਆਉਣ ਦੇ ਨੇ ਜੀ। ਆਪੋ ਆਪਣਾ ਕੰਮ ਆ, ਚੋਰ ਨੇ ਚੋਰੀ ਕਰਨੀ ਹੈ ਤੇ ਸਾਧ ਨੇ ਆਪਣਾ ਸਾਧਪੁਣਾ ਕਰਨਾ ਹੈ ਜੀ। ਹਰ ਤਰ੍ਹਾਂ ਦੇ ਬੰਦੇ ਆ ਜੀ, ਉਹਨਾਂ ਨੇ ਆਪਣਾ ਆਪਣਾ ਕੰਮ ਕਰੀ ਜਾਣਾ, ਮੈਂ ਇਹਦੇ ਤੇ ਜ਼ਿਆਦਾ ਨਹੀਂ ਬੋਲਣਾ ਚਾਹੁੰਦਾ। ਸਰਦਾਰ ਭੁਪਿੰਦਰ ਸਿੰਘ ਖਾਲਸਾ ਜੀ, ਤੁਹਾਨੂੰ ਆਖਰੀ ਸਵਾਲ, ਮੋਰਚਾ ਇਸ ਵੇਲੇ ਕਿਹਨਾਂ ਦੀ ਅਗਵਾਈ ਚੱਲ ਰਿਹਾ? ਮੋਰਚਾ ਇਸ ਵੇਲੇ ਸਤਿਗੁਰੂ ਗੁਰੂ ਰਾਮਦਾਸ ਜੀ ਦੀ ਅਗਵਾਈ 'ਚ ਚੱਲ ਰਿਹਾ ਹੈ। ਕਿਸੇ ਵੀ ਜਥੇ ਦਾ ਸਿੰਘ ਜੀ, ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਜੀ, ਚੌਥਾ ਦਿਨ ਹੈ ਅੱਜ ਮੋਰਚਾ ਚੱਲ ਰਿਹਾ ਆ ਬੁੱਤਾਂ ਬਾਰੇ, ਕੋ ਜੋ 15 ਤਰੀਕ ਨੂੰ ਹੋਇਆ ਸੀ ਬੁੱਤਾਂ ਦੇ, ਕਿ ਸਿੰਘ